ਪੰਜਾਬੀ ਗਾਇਕ ਜੈਜ਼ੀ ਬੀ ਨੂੰ ਨੋਟਿਸ ਜਾਰੀ ਕੀਤਾ ਗਿਆ, ਉਹਦੇ ਬਾਰੇ ਕੀ ਕਾਰਨ ਹੈ, ਕਿਉਂ ਕੀਤਾ ਗਿਆ? ਦੇਖੋ ਜੀ, ਇਹਦਾ ਜਿਹੜਾ ਤਿਉਹਾਰ ਹੈ ਸਾਡਾ, ਬੜੇ ਲੋਕਾਂ ਨੇ ਇਹਦੇ ਵੱਲ ਧਿਆਨ ਦਾ ਕਿ ਜੈਜ਼ੀ ਬੀ ਨੇ ਜਿਹੜਾ ਗਾਣਾ ਗਾਇਆ ਹੈ ਉਹਦੇ ਅੰਦਰ ਜਿਹੜੀ ਇੱਕ ਭੇਡ ਸ਼ਬਦ ਯੂਜ਼ ਕੀਤਾ ਹੈ ਔਰਤ ਦੇ ਲਈ, ਬਹੁਤ ਹੀ ਸ਼ਰਮਨਾਕ ਹੈ। ਅਤੇ ਇਹਦੇ ਬਾਰੇ ਮੈਨੂੰ ਕੰਪਲੇਂਟਸ ਬੜੇ ਲੋਕਾਂ ਤੋਂ ਆਈ ਹੈ, ਔਰ ਫਿਰ ਮੈਂ ਵੀ ਗਾਣਾ ਸੁਣਿਆ ਔਰ ਮੈਨੂੰ ਵੀ ਲੱਗਿਆ ਕਿ ਇੰਨਾ ਇਹ ਸ਼ਬਦ ਜਿਹੜਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਇੱਦਾਂ ਔਰਤਾਂ ਦੀ ਇੱਜ਼ਤ ਦੇ ਲਈ। ਕੁਛ ਐਨ ਜੀ ਓਜ਼ ਨੇ ਵੀ ਸਾਨੂੰ ਅਪਰੋਚ ਕੀਤਾ ਔਰ ਹੋਰ ਵੀ ਕੁਛ ਐਨ ਜੀ ਓਜ਼ ਆ ਰਹੇ ਨੇ, ਅਤੇ ਉਹ ਸਾਰੇ ਚੀਜ਼ਾਂ ਦਾ ਨੋਟਿਸ ਲੈਂਦੇ ਹੋਏ ਅਸੀਂ ਇਹ ਜਿਹੜਾ ਨੋਟਿਸ ਹੈਗਾ ਇਹ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਭੇਜਿਆ ਆ। ਇਹ 26 ਤਰੀਕ ਨੂੰ ਸਵੇਰੇ ਭੇਜਿਆ ਗਿਆ ਜੀ, ਔਰ ਇਹਦੇ 'ਚ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਦੇ ਤੋਂ ਜਵਾਬ ਮੰਗਿਆ ਗਿਆ ਹੈ, ਅਤੇ ਜਿਹੜਾ ਕਿ ਅੱਜ ਇਹਦੀ ਮਿਆਦ ਮੈਨੂੰ ਲੱਗਦਾ ਖਤਮ ਹੁੰਦੀ ਹੈ, ਅਤੇ ਕੱਲ੍ਹ ਅਸੀਂ ਸਵੇਰ ਤੱਕ ਜੇ ਅੱਜ ਸ਼ਾਮ ਤੱਕ ਇਹਦਾ ਕੋਈ ਜਵਾਬ ਨਹੀਂ ਆਇਆ ਫਿਰ ਅਸੀਂ ਫਰਦਰ ਐਕਸ਼ਨ ਇਹਦੇ ਉੱਤੇ ਲਵਾਂਗੇ, ਔਰ ਬਹੁਤ ਸੀਰੀਅਸ ਮੈਟਰ ਹੈ ਔਰ ਇਸ ਨੂੰ ਬੜੀ ਸੀਰੀਅਸਲੀ ਲਿੱਤਾ ਜਾਵੇਗਾ। ਅਤੇ ਮੈਮ, ਕਮਿਸ਼ਨ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦਾ ਹੈ, ਕੀ ਚਾਹੁੰਦਾ ਹੈ, ਜੈਜ਼ੀ ਬੀ ਇਸ ਗਾਣੇ ਨੂੰ ਮਤਲਬ ਕਿ ਇਹ ਸ਼ਬਦ ਹਟਾਇਆ ਜਾਵੇ ਜਾਂ ਪੂਰਾ ਗਾਣਾ ਮਤਲਬ ਉੱਥੋਂ ਰਿਮੂਵ? ਦੇਖੋ, ਥੋੜ੍ਹੀ ਇਨਵੈਸਟੀਗੇਸ਼ਨ ਜ਼ਰੂਰ ਕਰ ਲੈਣ ਤੋਂ ਇਸ ਦੇ ਬਾਰੇ, ਔਰ ਅਸੀਂ ਉਹਦੇ ਕੋਲੋਂ ਇਹ ਜਵਾਬ ਤਾਂ ਇਸੇ ਚੀਜ਼ ਦਾ ਮੰਗਿਆ ਕਿ ਇਹ ਸ਼ਬਦ ਇਸਤੇਮਾਲ ਔਰਤ ਦੇ ਲਈ ਪੇਡ ਇਸਤੇਮਾਲ ਕਿਉਂ ਕੀਤਾ ਗਿਆ ਹੈ, ਔਰ ਜਾਂ ਤਾਂ ਇਹ ਵਾਕਈ ਗੱਲ ਠੀਕ ਹੈਗੀ ਜਾਂ ਤਾਂ ਇਹ ਸ਼ਬਦ ਨੂੰ ਹਟਾਇਆ ਜਾਵੇ, ਔਰ ਅਸੀਂ ਉਹਨੂੰ ਕਹਿੰਦੇ ਕਿ ਪਰਸਨਲ ਅਪੀਅਰੈਂਸ ਦੇਵੇ ਆ ਕੇ ਔਰ ਇਸ ਚੀਜ਼ ਦੇ ਉੱਤੇ ਮਾਫ਼ੀ ਮੰਗੇ, ਪਹਿਲੀ ਗੱਲ ਤਾਂ ਸਮਾਜ ਦੇ ਔਰਤਾਂ ਦੀ ਤਰਫ ਤੋਂ, ਔਰ ਐਕਸਪਲੇਨੇਸ਼ਨ ਦੇਵੇਗਾ, ਉਹਨੂੰ ਹਟਾਉਣਾ ਪਏਗਾ ਇਸ ਚੀਜ਼ ਦੇ ਉੱਤੇ, ਨਹੀਂ ਤਾਂ ਫਰਦਰ ਕਾਰਵਾਈ ਹੋਏਗੀ ਹੋਏਗੀ ਉਹਦੇ ਉੱਤੇ। ਇੱਕ ਹਫ਼ਤੇ ਦਾ ਤੁਹਾਡੇ ਵੱਲੋਂ ਮਤਲਬ ਸਮਾਂ ਮੰਗਿਆ ਗਿਆ? ਮੰਗਿਆ ਦਿੱਤਾ ਗਿਆ ਸੀ ਜੀ ਹਫ਼ਤੇ ਦਾ, ਤੇ ਜੇ ਉਹ ਮਤਲਬ ਇੱਕ ਹਫ਼ਤੇ ਦਾ ਸਮਾਂ 26 ਤੋਂ ਲੈ ਕੇ ਅੱਜ ਕਾਫੀ ਟਾਈਮ ਨਿਕਲ ਚੁੱਕਿਆ ਹੈ, ਤਾਂ ਹੁਣ ਉਸ ਤੋਂ ਬਾਅਦ ਕੀ ਐਕਸ਼ਨ ਹੋਏਗਾ ਜੇ ਕੋਈ ਨਹੀਂ ਉਹਨਾਂ ਦਾ ਰਿਪ੍ਰੈਜ਼ੈਂਟੇਟਿਵ ਉੱਥੇ? ਹਾਂ, ਮੈਂ ਉਹੀ ਤੁਹਾਨੂੰ ਹੁਣੇ ਪਹਿਲਾਂ ਹੀ ਕਿਹਾ ਨਾ ਕਿ ਉਹਨਾਂ ਦਾ ਅੱਜ ਮਿਆਦ ਖਤਮ ਹੁੰਦੀ ਹੈ ਇਹਨਾਂ ਦੀ ਇੱਕ ਹਫ਼ਤੇ ਦੀ, ਤੇ ਜੇ ਅੱਜ ਸ਼ਾਮ ਤੱਕ ਸਾਨੂੰ ਇਹਦਾ ਤੇ ਕੋਈ ਜਵਾਬ ਨਹੀਂ ਆਇਆ ਤੇ ਕੱਲ ਅਸੀਂ ਫਰਦਰ ਨੋਟਿਸ ਦੇ ਕੇ ਤੇ ਐਕਸ਼ਨ ਲਵਾਂਗੇ। ਤੇ ਮੈਂ ਪੰਜਾਬ 'ਚ ਹੋਰ ਵੀ ਬਹੁਤ ਸਾਰੇ ਸਿੰਗਰ ਇਸ ਤਰ੍ਹਾਂ ਦੀ ਮਤਲਬ ਆਏ ਸਮੇਂ ਜਾਂ ਪਬਲਿਸਿਟੀ ਲੈਣਾ ਚਾਹੁੰਦੇ ਆ, ਕੁਛ ਨਾ ਕਿਤੇ ਨਾ ਕਿਤੇ ਔਰਤਾਂ ਦੇ ਇਸ ਤਰ੍ਹਾਂ ਦੇ ਗਾਣੇ ਕੱਢ ਦਿੰਦੇ ਆ, ਬੋਲ ਇਸ ਤਰ੍ਹਾਂ ਦਾ ਆ ਜਾਂਦਾ ਹੈ, ਉਹਨਾਂ ਲਈ ਕੀ ਕਹਿਣਾ ਚਾਹੋਗੇ? ਮਤਲਬ ਕਿੰਨੀ ਸ਼ਰਮਨਾਕ ਦੀ ਗੱਲ ਹੈ ਕਿ ਪਬਲਿਸਿਟੀ ਲੈਣਾ ਚਾਹੁੰਦੇ ਨੇ ਔਰਤਾਂ ਦੇ ਉੱਤੇ ਗਲਤ ਕਮੈਂਟ ਕਰਕੇ। ਪਹਿਲੀ ਗੱਲ ਤਾਂ ਤੁਸੀਂ ਇਸੇ ਚੀਜ਼ ਨੂੰ ਦੇਖਿਆ ਜਾਵੇ, ਠੀਕ ਹੈ ਨਾ? ਇਹ ਗੁਰੂ ਪੀਰਾਂ ਦੀ ਧਰਤੀ ਹੈ ਜਿੱਥੇ ਕਿ ਸਾਡੇ ਬਾਬੇ ਨਾਨਕ ਨੇ ਇੱਕ ਔਰਤ ਨੂੰ ਇੱਕ ਸਮਾਜ ਦੇ ਅੰਦਰ ਬਹੁਤ ਵੱਡਾ ਇੱਕ ਦਰਜਾ ਦਿੱਤਾ ਗਿਆ ਹੈ, ਅਤੇ ਇਸ ਚੀਜ਼ ਨੂੰ ਤੁਸੀਂ ਇਸਤੇਮਾਲ, ਮੈਂ ਹਰ ਸਿੰਗਰ ਨੂੰ ਇਹ ਗੱਲ ਕਹੂੰਗੀ, ਇਕੱਲਾ ਜੈਜ਼ੀ ਬੀ ਨੂੰ ਨਹੀਂ, ਕਿ ਜਿਹੜਾ ਸ਼ਬਦ ਤੁਸੀਂ ਆਪਣੀ ਮਾਂ ਦੇ ਲਈ ਅਤੇ ਭੈਣ ਦੇ ਲਈ ਜਾਂ ਬੇਟੀ ਲਈ ਨਹੀਂ ਇਸਤੇਮਾਲ ਕਰ ਸਕਦੇ ਘਰ ਜਾ ਕੇ, ਉਸ ਸ਼ਬਦ ਨੂੰ ਗਾਣਿਆਂ ਦੇ ਵਿੱਚ ਇਸਤੇਮਾਲ ਨਾ ਕੀਤਾ ਜਾਵੇ। ਹੁਣ ਜਿੰਨਾ ਜੋ ਹੋਇਆ ਹੋਇਆ ਉਹਦਾ ਮੈਨੂੰ ਮਤਲਬ ਉਸਦਾ ਤਾਂ ਅਸੀਂ ਐਕਸ਼ਨ ਹੈ ਹੀ ਹੈ, ਉਹਦੇ ਉੱਤੇ ਓਬਜੈਕਸ਼ਨ ਹੈ। ਗੀਤਕਾਰਾਂ ਲਈ ਵੀ ਤੁਸੀਂ ਕਹਿਣਾ ਚਾਹੁੰਦੇ? ਬਹੁਤ ਵੱਡੀ ਵਾਰਨਿੰਗ ਹੈ, ਅਗਰ ਇਸ ਵਾਰਨਿੰਗ ਨੂੰ ਉਹਨਾਂ ਨੇ ਸੀਰੀਅਸਲੀ ਨਹੀਂ ਲਿੱਤਾ ਕਿ ਅਸੀਂ ਔਰਤ ਦੀ ਸਰੀਰ ਦੇ ਅੰਗਾਂ ਦੇ ਉੱਤੇ, ਔਰਤ ਦੇ ਲੁਕਸ ਦੇ ਉੱਤੇ ਜਾਂ ਕੋਈ ਐਸਾ ਇਸਤੇਮਾਲ ਸ਼ਬਦ ਕੀਤਾ ਗਿਆ ਜੋ ਕਿ ਉਹ ਘਰ ਜਾ ਕੇ ਆਪਣੀ ਭੈਣ ਦੇ ਉੱਤੇ ਇਸਤੇਮਾਲ ਨਹੀਂ ਕਰ ਸਕਣਗੇ ਜਾਂ ਬੇਟੀ ਦੇ ਇਸਤੇਮਾਲ ਨਹੀਂ ਕਰ ਸਕਣਗੇ, ਉਸ ਦੇ ਉੱਤੇ ਸੀਰੀਅਸ ਐਕਸ਼ਨ ਲਿੱਤਾ ਜਾਏਗਾ। ਤਾਂ ਜਿਹੜਾ ਨੋਟਿਸ ਕੱਢਿਆ ਮੈਮ, ਇਸ 'ਚ ਸਿਰਫ ਸਿੰਗਰ ਨੂੰ ਜਾਂ ਗੀਤਕਾਰ ਨੂੰ ਵੀ ਤੁਸੀਂ ਮਤਲਬ ਪਾਰਟੀ ਬਣਾਇਆ ਹੋਇਆ ਇਹਦੇ 'ਚ? ਦੋਵੇਂ ਜੀ, ਦੋਵੇਂ ਜਿਹਨੇ ਲਿਖਿਆ, ਹੀ ਇਜ਼ ਐਜ਼ ਬੈਡ ਪਾਰਟਨਰ ਐਜ਼ ਜਿਹਨੇ ਗਾਣਾ ਗਾਇਆ ਆ। ਹਾਂਜੀ।